ਪੰਜ ਚੀਜ਼ਾਂ ਤੁਸੀਂ ਜੜੀਆਂ ਕਰ ਸਕਦੇ ਹੋ ਅਪਦਾ ਆਪ ਨੂੰ ਬੈਸਟ ਬਣਾਉਣ ਦੇ ਲਈ ਪੰਜ ਚੀਜ਼ਾਂ ਪਹਿਲੀ ਚੀਜ਼ ਹੈਗੀ ਤੁਹਾਡੇ ਗੋਲ ਜਮਾ ਕਲੀਅਰ ਹੋਣੇ ਚਾਹੀਦੇ ਨੇ ਸਮਾਰਟ ਗੋਲਸ ਸਮਾਰਟ ਗੋਲ ਬਾਰੇ ਆਪਾਂ ਨੇ YouTube ਤੇ ਵੀ ਕੰਟੈਂਟ ਪਾਇਆ ਉੱਥੇ ਦੇਖ ਸਕਦੇ ਹੋਗੇ ਸਭ ਤੋਂ ਪਹਿਲੀ ਚੀਜ਼ ਟੀਚੇ ਹੀ ਹੈ ਨਹੀਂ ਤਾਂ ਗੱਲ ਕੁਝ ਬਣਣੀ ਨਹੀਂ ਦੂਜਾ ਸੈਲਫ ਕੇਅਰ ਆਪਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਐਨ ਆਪਣੇ ਜਣੀ ਆਪਦਾ ਬੈਸਟ ਕੱਢਣਾ ਚਾਹੁੰਦੇ ਆ ਆਪਣੇ ਆਪ ਚੋਂ ਤਾਂ ਸੈਲਫ ਕੇਅਰ ਜ਼ਰੂਰੀ ਹੈ ਸੌਣਾ ਟਾਈਮ ਤੇ ਉੱਠਣਾ ਟਾਈਮ ਤੇ ਆਪਦਾ ਵਿਟਾਮਿਨ ਸਾਰੇ ਨਿਊਟ੍ਰੀਐਂਟ ਸਾਰਾ ਕੁਝ ਪੂਰਾ ਕਰਨਾ ਐਕਸਰਸਾਈਜ਼ ਕਰਨੀ ਮਾਈਂਡਫੁਲਨੈਸ ਕਰਨੀ ਇਹ ਸਭ ਕੁਝ ਬਹੁਤ ਇੰਪੋਰਟੈਂਟ ਹੈ ਜੇ ਤੁਸੀਂ ਆਪਣੇ ਆਪ ਨੂੰ ਨੈਕਸਟ ਲੈਵਲ ਤੇ ਲੈ ਕੇ ਜਾਣਾ ਹੈ ਇਸ ਤੋਂ ਬਾਅਦ ਚੰਗੇ ਨੈਟਵਰਕ ਚੰਗੇ ਰਿਸ਼ਤੇ ਚੰਗੇ ਦੋਸਤ ਚੰਗਾ ਰਿਲੇਸ਼ਨਸ਼ਿਪ ਆਲੇ-ਦਾਲੇ ਕਿਵੇਂ ਦੇ ਲੋਕਾਂ 'ਚ ਤੁਹਾਡੀ ਬਹਿਣੀ ਉਠਣੀ ਆ ਉਹ ਬਹੁਤ ਇੰਪੋਰਟੈਂਟ ਹੈ ਤਾਂ ਇਹਦੇ ਤੇ ਫੋਕਸ ਕਰੋ ਤੇ ਦੇਖੋ ਉਹ ਕਹਿੰਦੇ ਨੇ ਵੀ ਤੁਸੀਂ ਆਪਣੇ ਆਲੇ-ਦਾਲੇ ਵਾਲੇ 5 ਖਾਸ ਦੋਸਤਾਂ ਦਾ ਨਿਚੋੜ ਹੁੰਨੇ ਹੋ ਹੁਣ ਤੁਸੀਂ ਦੇਖੋ ਵੀ ਤੁਸੀਂ ਤੁਹਾਡੇ 5 ਦੋਸਤ ਕਿਵੇਂ ਦੇ ਨੇ ਇਸ ਤੋਂ ਬਾਅਦ ਤੁਸੀਂ ਰੇਡੀਓ ਸਿੱਖਣ ਵਾਸਤੇ ਨਵੀਆਂ ਚੀਜ਼ਾਂ ਲਰਨ ਕਰਨ ਵਾਸਤੇ ਤੁਸੀਂ ਓਪਨ ਮਾਈਂਡਡ ਹੋਵੋ ਕੁਝ ਵੀ ਮੈਨੂੰ ਕੋਈ ਸਿਖਾਊਗਾ ਕਿਤੋਂ ਵੀ ਸਿੱਖਣ ਨੂੰ ਮਿਲੂਗਾ ਮੈਂ ਸਿੱਖੂਗਾ ਇਹਦੇ ਨਾਲ ਵੀ ਤੁਸੀਂ ਆਪਣੇ ਆਪ ਨੂੰ ਬੈਸਟ ਬਣਾ ਸਕਦੇ ਹੋ ਤੇ ਨਾਲ ਨਾਲ ਸ਼ੁਕਰ ਮਨਾਉਣ ਦੀ ਆਦਤ ਪੱਕੀ ਹੋਵੇ ਵੀ ਜਿੰਨਾ ਰੱਬ ਨੇ ਦਿੱਤਾ ਉਹਦੇ ਲਈ ਬਹੁਤ ਸ਼ੁਕਰ ਹੈ ਤੇ ਜਿੰਨਾ ਦੋਸਤਾਂ ਨੇ ਹੈਲਪ ਕੀਤੀ ਉਹਨਾਂ ਦਾ ਬਹੁਤ ਸ਼ੁਕਰ ਹੈ ਇਹ ਟਰਾਈ ਕਰਿਓ ਬਹੁਤ ਪੋਜ਼ਿਟਿਵਿਟੀ ਮਿਲੂਗੀ